ਸੰਗਰੂਰ ਦੇ ਵਿੱਚ ਬੀਤੇ ਦਿਨੀ ਜ਼ਹਿਰੀਲੀ ਸ਼ਰਾਬ ਦੇ ਕਾਰਨ 21 ਲੋਕਾਂ ਨੇ ਜਾਨ ਗਵਾਈ, ਜਿਹੜੇ ਕਿ 49 ਲੋਕ ਸਾਹਮਣੇ ਆਏ ਸੀ। ਭਾਵੇਂ ਕਿ ਇਸ ਮਾਮਲੇ ਦੇ ਵਿੱਚ 10 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਜਿਹੜਾ ਮੇਨ ਸਰਗਣਾ ਸੀ ਪਾਤੜਾਂ ਦੇ ਵਿੱਚ, ਜਿਹੜੀ ਘਰ ਦੇ ਵਿੱਚ ਯੂਟਿਊਬ ਤੋਂ ਦੇਖ ਕੇ ਸ਼ਰਾਬ ਬਣਾਈ ਜਾ ਰਹੀ ਸੀ। ਪਰ ਇਸ ਪੂਰੇ ਮਾਮਲੇ ਲੈ ਕੇ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੰਗਰੂਰ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਤੁਸੀਂ ਦੇਖ ਸਕਦੇ ਹੋ ਕਿ ਇੱਕ ਵੱਡਾ ਧਰਨਾ ਦਿੱਤਾ ਗਿਆ ਤਾਂ ਜੋ ਜਿਹੜੇ ਪਰਿਵਾਰ ਨੇ, ਪੀੜਿਤ ਪਰਿਵਾਰ ਨੇ, ਉਹਨਾਂ ਨੂੰ ਮੁਆਵਜ਼ਾ, ਪਰਿਵਾਰ ਦੇ ਮੈਂਬਰਾਂ ਨੂੰ ਸਰਕਾਰੀ ਨੌਕਰੀ ਜਿਹੜੀ ਉਹ ਦਿੱਤੀ ਜਾਵੇ। ਭਾਵੇਂ ਕਿ ਇਸ ਸਮੇਂ ਮੁੱਖ ਮੰਤਰੀ ਪੰਜਾਬ ਖੁਦ ਉਹ ਪਿੰਡ ਗਏ ਨੇ, ਉਹਨਾਂ ਨੇ ਭਰੋਸਾ ਦਿੱਤਾ ਸੀ ਉਹਨਾਂ ਨੂੰ ਪਰਿਵਾਰਦਾਰ ਨੂੰ ਕਿ ਜਿਹੜੀ ਸਖ਼ਤ ਜਿਹੜੀ ਸਜ਼ਾ ਗੀ ਜਿਹੜੀ ਉਹਨਾਂ ਨੂੰ ਹੋਏਗੀ ਜੇ ਦੋਸ਼ੀ ਨੇ। ਪਰ ਲੇਕਿਨ ਉਸ ਤੋਂ ਬਾਅਦ ਕਾਂਗਰਸ ਹੋਵੇ, ਅਕਾਲੀ ਦਲ ਹੋਵੇ, ਸਾਰੀਆਂ ਧਿਰਾਂ ਨੇ ਜਿਹੜੀਆਂ ਪਿੰਡ ਜਾ ਕੇ ਦੁੱਖ ਸਾਂਝਾ ਕਰ ਰਹੀਆਂ ਨੇ। ਇਸ ਸਮੇਂ ਅਕਾਲੀ ਦਲ ਦੀ ਪੂਰੀ ਲੀਡਰਸ਼ਿਪ ਆ ਜਿਹੜੀ ਉਹ ਸੰਗਰੂਰ ਦੇ ਵਿੱਚ ਮੌਜੂਦ ਹੈਗੀ। ਪਰਮਿੰਦਰ ਸਿੰਘ ਢੀਂਡਸਾ ਨੇ, ਇਕਬਾਲ ਸਿੰਘ ਝੂੰਦਾ ਨੇ, ਬਿਨਰਜੀਤ ਸਿੰਘ ਗੋਲਡੀ ਨੇ, ਅਤੇ ਪੂਰੀ ਲੀਡਰਸ਼ਿਪ ਆ ਜਿਹੜੀ ਉੱਥੇ ਇਹ ਪਹੁੰਚੀ ਹੋਈ ਹੈ। ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪਰਮਿੰਦਰ ਸਿੰਘ ਢੀਂਡਸਾ ਸਾਡੇ ਨਾਲ। ਢੀਂਡਸਾ ਸਾਹਿਬ, ਕਿਸ ਤਰ੍ਹਾਂ ਦੇਖਦੇ ਹੋਗੇ 21 ਮੌਤਾਂ ਹੋਈਆਂ, ਵੱਡਾ ਦੁਖਾਂਤ ਵਾਪਰਿਆ ਗਾ, ਪਰ ਅੱਜ ਅਕਾਲੀ ਦਲ ਫਿਰ ਜਿਹੜਾ ਡੀਸੀ ਦਫ਼ਤਰ ਦੇ ਬਾਹਰ ਧਰਨਾ ਦੇ ਰਿਹਾ? ਦੇਖੋ, ਬਹੁਤ ਦੁੱਖ ਨਾਲ ਕਹਿਣਾ ਪੈਂਦਾ ਹੈ ਵੀ ਜਿਹੜੇ 24 ਲੋਕ ਮਾਰੇ ਗਏ ਨੇ ਜ਼ਹਿਰੀਲੀ ਸ਼ਰਾਬ ਨਾਲ, ਉਹਨਾਂ ਲੋਕਾਂ ਨੂੰ ਨਿਆਂ ਨਹੀਂ ਮਿਲ ਰਿਹਾ। ਸਰਕਾਰ ਦੇ ਵੱਲੋਂ ਜਿਹੜੀਆਂ ਦਿੱਤੀਆਂ ਜਾਣੀਆਂ ਮੁਆਵਜ਼ਾ ਜਾਂ ਪਰਿਵਾਰ ਨੂੰ ਦਿੱਤੀਆਂ ਜਾਣੀਆਂ ਨੌਕਰੀਆਂ, ਉਹ ਦੋਨੇ ਜਿਹੜੀਆਂ ਚੀਜ਼ਾਂ ਨੇ, ਇਹ ਸਾਰਾ ਅੱਜ ਤੱਕ ਸਰਕਾਰ ਨੇ ਕੋਈ ਸਾਰ ਨਹੀਂ ਲਈ, ਨਾ ਹੀ ਉਹਨਾਂ ਨੂੰ ਕੋਈ ਉਹਨਾਂ ਨਾਲ ਕੀਤੇ ਵਾਅਦੇ ਪੂਰੇ ਕੀਤੇ ਹੈ। ਸਾਡੀ ਸ਼ੁਰੂ ਤੋਂ ਮੰਗ ਰਹੀ ਹੈ ਵੀ ਸਾਰਿਆਂ ਨੂੰ 20-20 ਲੱਖ ਰੁਪਈਆ ਅਤੇ ਇੱਕ ਸਰਕਾਰੀ ਨੌਕਰੀ ਦਿੱਤੀ ਜਾਵੇ, ਪਰ ਇਹ ਸਰਕਾਰ ਦੋਨੇ ਚੀਜ਼ਾਂ ਤੋਂ ਭੱਜ ਰਹੀ ਹੈ। ਅਤੇ ਜਿਹੜਾ 2 ਲੱਖ ਰੁਪਈਆ ਇਹਨਾਂ ਨੇ ਐਲਾਨ ਕੀਤਾ ਸੀਗਾ, ਇਹਨਾਂ ਨੇ ਉਹ ਵੀ ਨਹੀਂ ਪਹੁੰਚੇ। ਅਤੇ ਮੈਨੂੰ ਤਾਂ ਵਿੱਚੋਂ ਇਹ ਵੀ ਕਹਿ ਰਹੇ ਵੀ ਜਿਹੜੇ ਲੋਕ ਵਿਚਾਰੇ ਜਿਨ੍ਹਾਂ ਦੇ ਪੋਸਟਮਾਰਟਮ ਨਹੀਂ, ਉਹਨਾਂ ਨੂੰ 1 ਰੁਪਈਆ ਵੀ ਨਹੀਂ ਮਿਲਿਆ। ਸੋ ਇਹ ਸਰਕਾਰ ਦਾ ਹਜੇ ਹੀ ਨਹੀਂ ਪਤਾ ਚੱਲ ਰਿਹਾ ਵੀ ਇਹਨਾਂ ਨੇ ਕੀ ਐਲਾਨ ਕੀਤਾ, ਕੀ ਦੇਣਾ। ਕਿ ਚੋਣ ਜਾਬਤਾ ਲੱਗਣ ਕਰਕੇ ਐਲਾਨ ਤਾਂ ਉਹ ਸ਼ਾਇਦ ਨਹੀਂ ਹੋ ਸਕਿਆ ਹੋਗਾ, ਜਿਵੇਂ ਤੁਸੀਂ ਕਿਹਾ ਤੁਸੀਂ ਪਰਿਵਾਰਾਂ ਨਾਲ ਮਿਲੇ ਹੋਵੋਗੇ, ਤੁਸੀਂ ਨਿੱਜੀ ਤੌਰ 'ਤੇ ਪਰਿਵਾਰਾਂ ਕੋਲ ਗਏ ਹੋਵੋਗੇ, ਤਾਂ ਕੀ ਕਿਹਾ ਉਹਨਾਂ ਨੇ? ਕਿਉਂਕਿ ਮੁੱਖ ਮੰਤਰੀ ਖੁਦ ਗੁਜਰਾਂ ਪਿੰਡ ਗਏ ਸੀ, ਉਹਨਾਂ ਨੇ ਐਲਾਨ ਕੀਤਾ ਕਿ ਇਹ ਮੌਤਾਂ ਨੇ, ਕਿਉਂਕਿ ਜ਼ਹਿਰ ਦੇ ਕੇ ਮਾਰ ਦੇਣਾ ਮੌਤਾਂ ਨੇ, 302 ਦਾ ਅਸੀਂ ਕਾਰਵਾਈ ਕਰੀਏ, 302 ਦਾ ਮਾਮਲਾ ਦਰਜ ਕਰੇ। ਦੇਖੋ, ਉਹਨਾਂ ਨੇ ਜੋ ਪਰਿਵਾਰਾਂ ਨੂੰ ਸਰਕਾਰ ਨੇ, ਪ੍ਰਸ਼ਾਸਨ ਨੇ ਕਿਹਾ, ਉਹਨਾਂ ਨੂੰ 2-2 ਲੱਖ ਦੇ ਚੈੱਕ ਦਿੱਤੇ ਆ ਅਤੇ ਵੀ 13-13 ਲੱਖ ਰੁਪਇਆ ਤੁਹਾਨੂੰ ਹੋਰ ਦੇਵਾਂਗੇ, ਪਰ ਉਸ ਤੋਂ ਬਾਅਦ ਕੋਈ ਗੱਲ ਨਹੀਂ ਸੋ ਉਹਨਾਂ ਤੋਂ ਬਾਅਦ ਉਸ ਤੋਂ ਬਾਅਦ ਕੋਈ ਕਾਰਵਾਈ ਨਹੀਂ। ਅਤੇ ਜਿਨ੍ਹਾਂ ਦੇ ਪੋਸਟਮਾਰਟਮ ਹੋਣ ਤੋਂ ਪਹਿਲਾਂ ਸੰਸਕਾਰ ਕਰਾਤੇ, ਨਹੀਂ ਹੋਏ ਪੋਸਟਮਾਰਟਮ, ਉਹਨਾਂ ਨੂੰ ਕੁਛ ਵੀ ਨਹੀਂ ਦਿੱਤਾ ਹੁਣ ਤੱਕ। ਸੋ ਉਹਨਾਂ ਦਾ ਵੀ ਬਰਾਬਰ ਦਾ ਹੱਕ ਬਣਦਾ, ਕਿਉਂਕਿ ਉਹ ਵੀ ਜ਼ਹਿਰੀਲੀ ਸ਼ਰਾਬ ਕਰਕੇ ਮਾਰੇ ਗਏ ਨੇ, ਉਹ ਵੀ ਸਰਕਾਰ ਨੇ ਜਾਣ ਕੇ ਧੱਕੇ ਨਾਲ ਉਹਨਾਂ ਨੂੰ ਜਲਦੀ ਸੰਸਕਾਰ ਕਰਵਾਏ ਨੇ। ਸੋ ਉਹਨਾਂ ਸਾਰਿਆਂ ਦਾ ਇਹ ਜਿਹੜਾ ਉਹਨਾਂ ਨੂੰ ਮਿਲਣਾ ਚਾਹੀਦਾ ਹੈਗਾ ਜਿਹੜਾ ਮੁਆਵਜ਼ਾ, ਅਸੀਂ ਇਹ ਦਿਵਾਉਣ ਵਾਸਤੇ ਹੀ ਸਾਰਾ ਧਰਨਾ ਲਾਇਆ। ਅੱਜ ਕਦੋਂ ਤੱਕ ਧਰਨਾ ਚੱਲੇਗਾ? ਦੇਖੋ, ਅੱਜ ਧਰਨਾ ਚੱਲੇਗਾ, ਅੱਜ ਸਾਰੇ ਜ਼ਿਲ੍ਹੇ 'ਚੋਂ ਲੀਡਰਸ਼ਿਪ ਆਈ ਹੈ, ਅਤੇ ਅੱਜ ਫਿਰ ਇਸ ਤੋਂ ਬਾਅਦ ਅਸੀਂ DC ਸਾਹਿਬ ਨੂੰ ਮਿਲਾਂਗੇ ਲੈ ਕੇ। ਲੌਂਗੋਵਾਲ ਸਾਹਿਬ, ਕਿਸ ਤਰ੍ਹਾਂ ਦੇਖਦੇ ਹੋ ਵੱਡਾ ਦੁਖਾਂਤ ਜਿਹੜਾ ਇਸ ਇਲਾਕੇ ਦੇ ਵਿੱਚ ਵਾਪਰਿਆ ਅੱਜ ਤੁਸੀਂ ਧਰਨਾ? ਦੇਖੋ, ਸਾਡਾ ਜ਼ਿਲ੍ਹਾ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਆਪਣਾ ਜ਼ਿਲ੍ਹਾ ਹੈ, ਔਰ ਬੜੇ ਦੁੱਖ ਦੀ ਗੱਲ ਹੈ ਕਿ ਇੱਥੇ ਦਾ ਵਿੱਤ ਮੰਤਰੀ ਹੋਵੇ, ਚੀਮਾ ਸਾਹਿਬ ਹੋਣ, ਉਹਨਾਂ ਦੇ ਇਲਾਕੇ ਦੇ ਵਿੱਚ ਇੱਕ ਬਹੁਤ ਵੱਡਾ ਦੁਖਾਂਤ ਵਾਪਰਿਆ, ਜ਼ਹਿਰੀਲੀ ਜਿਹੜੀ ਸ਼ਰਾਬ ਦੇ ਨਾਲ ਬਹੁਤ ਵੱਡੀ ਗਿਣਤੀ ਦੇ ਵਿੱਚ 22-23 ਜਿਹੜੀ ਮੌਤਾਂ ਹੋ ਚੁੱਕੀਆਂ ਨੇ, ਅਜੇ ਔਰ ਵੀ ਬਹੁਤ ਸਾਰੇ ਬਿਮਾਰ ਨੇ ਅਤੇ ਰੋਜ਼ਾਨਾ ਹੀ ਹਜੇ ਬੰਤਾ ਹੋ ਰਹੀਆਂ, ਲੇਕਿਨ ਸਰਕਾਰ ਵੱਲੋਂ ਕੋਈ ਸਾਰ ਨਹੀਂ ਲਈ ਹੈ। ਸਿਰਫ ਉਹਨੂੰ ਕੇਜਰੀਵਾਲ ਦਾ ਦੁੱਖ ਹੋ ਗਿਆ ਕਿ ਉਹ ਜੇਲ੍ਹ ਦੇ ਵਿੱਚ ਉੱਥੇ ਜਾ ਕੇ ਧਰਨੇ ਦੇ ਰਹੇ ਨੇ, ਉਹਦੇ ਆਵਾਜ਼ ਨੇ ਆਪਣੇ ਇਲਾਕੇ ਦੇ ਵਿੱਚ ਆ ਕੇ ਉਹਨਾਂ ਨੇ ਕਿਸੇ ਦੀ ਸਾਰ ਨਹੀਂ ਲਈ, ਜੇ ਆਏ ਨੇ ਤਾਂ ਸਿਰਫ ਆਪਣੇ ਮਸ਼ਕਰੇ ਕਰਕੇ ਚਲੇ ਗਏ,
ਨਾ ਉਹਨਾਂ ਪਰਿਵਾਰਾਂ ਨੂੰ ਦੀ ਬਾਂਹ ਫੜੀ ਹੈ, ਨਾ ਕੋਈ ਨੌਕਰੀ ਦੀ ਗੱਲ ਕੀਤੀ ਗਈ ਹੈ, ਨਾ ਉਹਨਾਂ ਨੂੰ ਕੋਈ ਆਰਥਿਕ ਸਹਾਇਤਾ ਦਿੱਤੀ ਗਈ ਹੈ। ਸੋ ਮੈਂ ਸਮਝਦਾ ਕਿ ਇਸ ਪਾਰਟੀ ਦਾ ਜਿਹੜੀ ਪੋਲ ਖੁੱਲ੍ਹ ਗਈ ਹੈ, ਜਿਹੜੀ ਕਹਿੰਦੇ ਸੀ ਨਸ਼ੇ ਬੰਦ ਕਰਨੇ ਨੇ, ਇਹ ਘਰ ਘਰ ਨਸ਼ਾ ਵਿਕੀ ਜਾ ਰਿਹਾ, ਹੁਣ ਤੁਸੀਂ ਦੇਖ ਹੀ ਰਹੇ ਹੋ ਕਿ ਨਸ਼ੇ ਦੇ ਵਪਾਰੀ ਜਿਹੜੇ ਨੇ ਉਹ ਸ਼ਰੇਆਮ ਔਰ ਨਸ਼ਾ ਵੇਚ ਰਹੇ ਨੇ। ਮੈਨੂੰ ਤਾਂ ਇਹ ਲੱਗਦਾ ਕਿ ਸਾਰੇ ਮੰਤਰੀਆਂ ਤੋਂ ਲੈ ਕੇ MLA ਤੋਂ ਲੈ ਕੇ ਸਾਰੇ ਜਿਹੜੇ ਨਸ਼ੇ ਦੇ ਵਪਾਰੀ ਨੇ ਉਹਨਾਂ ਨਾਲ ਇਹਨਾਂ ਦੀ ਮਿਲੀ ਭੁਗਤ ਹੈ। ਸਰਕਾਰ ਦਾਅਵਾ ਕਰ ਰਹੀ ਹੈ ਕਿ 302 ਦੇ ਮਾਮਲੇ ਦਰਜ ਕਰ ਲਏ ਗਏ ਨੇ, ਜਿਹੜੀਆਂ 17 ਡੱਬੇ ਦਾਰੂ ਦੇ ਸ਼ਰਾਬ ਦੇ ਬਣੇ ਸੀ ਨਕਲੀ ਦੇ, ਉਹ ਸਾਰੇ ਬਰਾਮਦ ਕਰ ਲਏ ਗਏ ਨੇ। ਬਹੁਤ ਮਸਤੇਦੀ ਦੇ ਨਾਲ ਕੰਮ ਕਰਿਆ, ਨਹੀਂ ਅੰਕੜਾ ਕਿਤੇ ਨਾ ਕਿਤੇ ਹੋਰ ਬਹੁਤ ਜ਼ਿਆਦਾ ਵੱਧ ਜਾਂਦਾ ਜੀ, ਅਗਰ 17 ਦੇ 17 ਡੱਬੇ ਇਸੇ ਤਰ੍ਹਾਂ ਲੋਕਾਂ ਦੇ ਵਿੱਚ ਚਲੇ ਜਾਂਦੇ ਤਾਂ ਲੋਕ ਪੀ ਲੈਂਦੇ। ਦੇਖੋ ਮੈਂ ਸਮਝਦਾ ਕਿ ਜਦੋਂ ਭਗਵੰਤ ਮਾਨ ਆਪੋਜੀਸ਼ਨ ਦੇ ਵਿੱਚ ਸੀ, ਉਦੋਂ ਗੱਲਾਂ ਕਰਦਾ ਸੀ ਕੈਪਟਨ ਵੇਲੇ ਵੀ 302 ਦਾ ਪਰਚਾ ਜਿਹੜਾ ਗ੍ਰਹਿ ਮੰਤਰੀ 'ਤੇ ਹੋਣਾ ਚਾਹੀਦਾ ਹੈ ਅਤੇ ਐਕਸਾਈਜ਼ ਮਿਨਿਸਟਰ 'ਤੇ ਹੋਣਾ ਚਾਹੀਦਾ, ਮੁੱਖ ਮੰਤਰੀ ਹੋਣਾ ਚਾਹੀਦਾ, ਅੱਜ ਕਿਉਂ ਨਹੀਂ ਉਹ ਗੱਲਾਂ ਕਰਦਾ। ਲੇਕਿਨ ਅੱਜ ਕੋਈ ਵੀ ਸਾਹਮਣੇ ਨਹੀਂ ਲੈ ਕੇ ਆਏ ਜਿਹੜਾ ਵੀ ਇਹ ਆਪਣਾ ਵਪਾਰੀ ਹੈ, ਇਹ ਨਸ਼ੇ ਦਾ ਵਪਾਰੀ ਹੈ, ਕਿਸੇ 'ਤੇ ਕੋਈ ਪਰਚਾ ਨਹੀਂ ਦਰਜ ਹੋ ਰਿਹਾ, ਸਿਰਫ ਆਪਣੀਆਂ ਇੱਕ ਅੱਖਾਂ ਪੂੰਝ ਰਹੇ ਲੋਕਾਂ ਦੇ ਦਿਖਾਵਾ ਕਰ ਰਹੇ ਨੇ। ਸੋ 302 ਦਾ ਪਰਚਾ ਦਰਜ ਕਰਕੇ ਤੁਰੰਤ ਉਹਨਾਂ ਨੂੰ ਜਿਹੜਾ ਅਸੀਂ ਅੰਦਰ ਹੋਣਾ ਚਾਹੀਦਾ, ਜਿਹੜਾ ਸ਼ਰੇਆਮ ਨਸ਼ਾ ਵਿਕ ਰਿਹਾ ਪਿੰਡਾਂ ਦੇ ਵਿੱਚ, 2 ਨੰਬਰ ਦੀ ਸ਼ਰਾਬ ਵਿਕ ਰਹੀ ਹੈ, ਚਿੱਟਾ ਵਿਕ ਰਿਹਾ, ਔਰ ਉਹਨਾਂ ਨੂੰ ਇਹਨਾਂ ਨੇ ਧਿਆਨ ਦੇ ਕੇ ਅੱਜ ਉਹ ਬੰਦ ਕਰਨਾ ਚਾਹੁੰਦਾ। ਸਾਡੀ ਜਿਹੜੀ ਜਵਾਨੀ ਹੈ, ਸਾਡੇ ਪਰਿਵਾਰ ਜਿਹੜੇ ਨੇ ਨਸ਼ਿਆਂ ਦੇ ਨਾਲ ਬਰਬਾਦ ਹੋ ਰਹੇ ਨੇ। ਇਹ ਸਨ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਵੱਡਾ ਪ੍ਰਦਰਸ਼ਨ ਜਿਹੜਾ ਇਸ ਸਮੇਂ ਸੰਗਰੂਰ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਜਿਹੜਾ ਕੀਤਾ, ਤਸਵੀਰਾਂ ਤੁਹਾਨੂੰ ਮੈਂ ਦਿਖਾ ਦਿੰਦਾ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਅਕਾਲੀ ਦਲ ਦੇ ਜਿਹੜੇ ਵਰਕਰ ਨੇ, ਲੀਡਰ ਨੇ ਜਿਹੜੇ ਉਹ ਇੱਥੇ ਪਹੁੰਚੇ ਹੋਏ ਨੇ, ਕਿਉਂਕਿ ਹਾਲ ਹੀ ਦੇ ਵਿੱਚ 21 ਮੌਤਾਂ ਜਿਹੜੀਆਂ, 59 ਲੋਕ ਜਿਹੜੇ ਇਸ ਪੂਰੇ ਮਾਮਲੇ ਦੇ ਵਿੱਚ ਪੀੜਿਤ ਪਾਏ ਗਏ ਸੀ। ਪਰ ਭਾਵੇਂ ਕਿ 302 ਦਾ ਮਾਮਲਾ ਸਾਰਿਆਂ ਦੇ ਉੱਪਰ ਦਰਜ ਕਰ ਲਿਆ ਗਿਆ ਗਾ, 10 ਲੋਕ ਹੁਣ ਤੱਕ ਜਿਹੜੇ ਗ੍ਰਿਫਤਾਰ ਹੋ ਚੁੱਕੇ ਨੇ। ਜਿਵੇਂ ਕਿ ਮੈਂ ਪਹਿਲਾਂ ਜਾਣਕਾਰੀ ਦਿੱਤੀ ਹੈ ਕਿ ਪੁਲਿਸ ਨੇ ਕਿਹਾ ਕਿ 17 ਡੱਬੇ ਦਾਰੂ ਦੇ ਸ਼ਰਾਬ ਦੇ ਜਿਹੜੇ ਜ਼ਹਿਰੀਲੀ ਸ਼ਰਾਬ ਦੇ ਜਿਹੜੇ ਬਣੇ ਸੀ ਉਹਨਾਂ ਨੂੰ ਬਰਾਮਦ ਕਰ ਲਿਆ ਗਿਆ, ਨਹੀਂ ਕਿਤੇ ਨਾ ਕਿਤੇ ਅੰਕੜਾ ਜਿਹੜਾ ਹੋਰ ਵੱਡਾ ਹੁੰਦਾ। ਪਰ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਇਹ ਦਾਅਵਾ ਗਾ ਉਹ ਇਸ ਲਈ ਪ੍ਰਦਰਸ਼ਨ ਕਰ ਰਹੇ ਨੇ, ਉਹ ਕਹਿ ਰਹੇ ਨੇ ਕਿ ਪੀੜਿਤ ਪਰਿਵਾਰਾਂ ਨੂੰ 20 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਮਿਲੇ ਅਤੇ ਇੱਕ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਹੋਵੇ, ਜਿਹੜਾ ਕਿ ਉਹਨਾਂ ਨੇ ਕਿਹਾ ਕਿ ਅਸੀਂ ਪਰਿਵਾਰਾਂ ਨਾਲ ਮਿਲ ਕੇ ਆਏ ਹਾਂ। ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਪਰਿਵਾਰਾਂ ਨਾਲ ਮਿਲ ਕੇ ਆਏ ਹਾਂ, ਪਰ ਸਿਰਫ ਕੁਝ ਪਰਿਵਾਰਾਂ ਨੂੰ 2-2 ਲੱਖ ਰੁਪਏ ਦੀ ਸਹਾਇਤਾ ਦਾ ਜਿਹੜਾ ਉਹ ਐਲਾਨ ਕੀਤਾ ਗਿਆ, ਕੁਝ ਜਿਹੜੇ ਚੈੱਕ ਮਿਲੇ ਨੇ, ਪਰ ਲੇਕਿਨ ਜ਼ਿਆਦਾਤਰ ਨੂੰ ਨਹੀਂ ਮਿਲੇ। ਪਰ ਲੇਕਿਨ ਹੁਣ ਇੱਕ ਇੰਨੀ ਕੁ ਸੱਚਾਈ ਹੈ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਇਸ ਸਮੇਂ ਇਹ ਸਵਾਲ ਵੱਡੇ ਖੜ੍ਹੇ ਕਰ ਰਿਹਾ ਅਤੇ ਸੰਗਰੂਰ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਆਪਣਾ ਪ੍ਰਦਰਸ਼ਨ ਜਿਹੜਾ ਉਹਨਾਂ ਪਰਿਵਾਰਾਂ ਨੂੰ ਇਨਸਾਫ਼ ਦਿਲਵਾਉਣ ਦੇ ਲਈ ਕਰ ਰਿਹਾ ਹੈਗਾ। ਕੈਮਰਾਮੈਨ ਬਲਬੀਰ ਦੇ ਨਾਲ ਵਿੱਕੀ ਬੋਲਰ ਪੰਜਾਬ ਤੱਕ, ਸੰਗਰੂਰ।